पंजाब विच दलितां गरीबां मजदूरां ते अत्याचार होणो बंद नहीं हो रहा। एक ताज़ा घटना फिर सामने आई है, पिंड गुद्दर ढंडी च मजदूरां नाल होई धक्केशाही, उल्टा मजदूरां ते ही सियासी शह दे तहत किया गया झूठा परचा, गरीब मजदूरां नूं बोले गए जाति सूचक शब्द। ਇਹ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਆਗੂ, ਦੇਖੋ ਇਸ ਵੀਡੀਓ ਨੂੰ। ਜਦੋਂ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉੱਥੇ ਡਾਕਟਰ ਸੁਖਬੀਰ ਸਿੰਘ ਜੀ ਆ ਜਾਂਦੇ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਇੱਥੋਂ ਦੇ ਲੀਡਰ ਆਪਦੇ ਆਪ ਨੂੰ ਘਵਾਉਂਦੇ ਨੇ। ਬੂਟਾ ਸਿੰਘ ਆ ਜਾਂਦੇ ਨੇ, ਉਹ ਵੀ ਆਪਦੀ ਆਮ ਆਦਮੀ ਪਾਰਟੀ ਦੇ ਲੀਡਰ ਘਵਾਉਂਦੇ ਨੇ। ਉਹ ਚੱਕ ਕੇ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਤੁਹਾਨੂੰ ਹਸਪਤਾਲ ਲੈ ਜਾਂਦੇ ਹਾਂ ਜੀ, ਮਮਦੋਟ ਹਸਪਤਾਲ ਦਾਖਲ ਉਹਨਾਂ ਨੂੰ ਕਰਵਾਇਆ ਜਾਂਦਾ। ਤੇ ਪਿਛਲੀ ਜਿਹੜੀ ਕਣਕ ਵਾਲੀ ਰੰਜਿਤ ਸੀਗੀ ਉਹਨੂੰ ਦੁਬਾਰਾ ਫੇਰ ਉਛਾਲ ਕੇ, ਜਦੋਂ ਸਾਡੇ ਬੰਦੇ ਦੀ ਪਿਛਲੀ ਵਾਰੀ ਵੀ ਕੁੱਟਮਾਰ ਹੋਈ ਸੀ ਇਸੇ ਮਲਕੀਤ ਸਿੰਘ ਦੀ, ਤਾਂ ਉਸ ਰੰਜਿਸ਼ ਨੂੰ ਦੁਬਾਰਾ ਬਣਾ ਕੇ ਇਹਨਾਂ ਡਾਕਟਰ ਸੁਖਬੀਰ ਤੇ ਬੂਟਾ ਸਿੰਘ ਨੇ ਉਹਨਾਂ ਨੂੰ ਦਾਖਲ ਕਰਵਾਇਆ ਤੇ ਸਿਆਸੀ ਆਧਾਰ ਤੇ ਸਿਆਸੀ ਮੋਟੀਵੇਟਡ ਕੇਸ ਬਣਾ ਕੇ ਇਹ ਥਾਣੇ ਦੇ ਵਿੱਚ FIR ਦਰਜ ਕਰਵਾ ਦਿੱਤੀ ਗਈ। 38 ਨੰਬਰ FIR ਦਰਜ ਕਰਵਾ ਕੇ ਤਾਂ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ। ਅੱਜ ਥਾਣਾ ਲੱਖੋ ਕੇ ਬਹਿਰਾਮ ਆਏ ਹਾਂ ਜੀ, ਥਾਣਾ ਲੱਖੋ ਕੇ ਬਹਿਰਾਮ ਇਸ ਕਰਕੇ ਆਏ ਹਾਂ ਕਿ ਗੁੱਦੜ ਢੰਡੀ ਪਿੰਡ ਦੇ ਵਿੱਚ ਦੁਬਾਰਾ ਫਿਰ ਮਜ਼ਦੂਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਅਸੀਂ ਫਰਿਆਦ ਲੈ ਕੇ ਆਏ ਸੀਗੇ 2-4 ਦਿਨ ਪਹਿਲਾਂ ਤੇ ਹੁਣ ਵੀ ਅਸੀਂ ਅੱਜ ਦਾ ਟਾਈਮ ਰੱਖਿਆ ਸੀ, ਮਿਲਣ ਵਾਸਤੇ ਆਏ ਸੀ। ਘਟਨਾ ਕੀ ਹੈ? ਘਟਨਾ ਇਹ ਹੈ ਕਿ ਮਲਕੀਤ ਸਿੰਘ ਵੱਡਾ ਜਿਹਨੂੰ ਕਹਿੰਦੇ ਨੇ ਪਿੰਡ 'ਚ, ਉਹ ਇੱਥੇ ਕੰਮ ਕਰ ਆਇਆ ਸੀਗਾ ਅੱਡੇ 'ਤੇ, ਬੱਸ ਸਟੈਂਡ ਗੁੱਦੜ ਢੰਡੀ ਰੋਡ 'ਤੇ, ਯਾਨੀ ਕਿ ਬੱਚਿਆਂ ਵਾਸਤੇ ਮੋਮਸ ਲੈਣ ਆਇਆ ਸੀਗਾ। ਤਾਂ ਉਹਨੇ ਮੋਮਸ ਆਰਡਰ ਕਰਤੇ, ਉਸ ਤੋਂ ਬਾਅਦ ਉਹ ਠੰਡਾ ਪੀਣ ਲੱਗ ਗਿਆ ਅਤੇ ਅੰਦਰੋਂ ਹਰਭਜਨ ਸਿੰਘ ਅਤੇ ਗੁਰਪਿੰਦਰ ਸਿੰਘ ਉਹ ਉੱਠ ਕੇ ਆਏ, ਤਾਂ ਉਹਨੇ ਆਉਂਦਿਆਂ ਹੀ ਮਲਕੀਤ ਸਿੰਘ ਜਿਹੜਾ ਠੰਡਾ ਪੀ ਰਿਹਾ ਸੀ ਉਹਦੇ ਥੱਪੜ ਮਾਰਿਆ ਖਿੱਚ ਕੇ, ਉਸ ਤੋਂ ਬਾਅਦ ਗਾਲੀ ਗਲੋਚ ਕੀਤਾ ਤੇ ਨਾਲ ਦੀ ਨਾਲ ਕੁੱਤਾ ਰਾਵੜਾ ਕਿਹਾ ਤੇ ਇਹ ਜਾਤੀ ਸੂਚਕ ਸ਼ਬਦ ਜਿਹੜੇ ਉਹ ਬੋਲੇ ਗਏ ਤੇ ਕਹਿੰਦਾ ਵੀ ਤੈਨੂੰ ਲੱਭਦਾ ਹੀ ਫਿਰਦਾ ਸਾਂ। ਜਦੋਂ ਸਾਡੇ ਬੰਦੇ ਨੇ ਮਲਕੀਤ ਸਿੰਘ ਨੇ ਪੁੱਛਿਆ ਵੀ ਕਿਉਂ ਕੁੱਟਿਆ, ਉਹ ਕਹਿੰਦਾ ਵੀ ਤੈਨੂੰ ਲੱਭਦੇ ਹੀ ਫਿਰਦੇ ਸਾਂ। ਇੱਥੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਪਿਛਲੀ ਰੰਜਿਸ਼ ਜਿਹੜੀ ਸਾਨੂੰ ਪਤਾ ਹੀ ਨਹੀਂ ਤੇ ਉਹਦੇ ਤਹਿਤ ਉਹਨੇ ਥੱਪੜ ਮਾਰਿਆ ਜੀ। ਉਸ ਤੋਂ ਬਾਅਦ ਮਲਕੀਤ ਸਿੰਘ ਘਰ ਆ ਜਾਂਦਾ ਤੇ ਘਰੇ ਆਪਦੇ ਬ੍ਰਦਰ ਨੂੰ ਦੱਸਦਾ ਜੀ ਤੇ ਨਾਲ ਇੱਕ ਦੋ ਹੋਰ ਲੈ ਕੇ ਤਾਂ ਉਹਦੇ ਘਰੇ ਲਾਂਭਾ ਦੇਣ ਜਾਂਦੇ ਆ ਜੀ। ਤੇ ਗਲੀ ਦੇ ਵਿੱਚ ਪਹਿਲਾਂ ਗੁਆਂਢੀ ਨੂੰ ਉਠਾਇਆ ਜਾਂਦਾ ਜੀ, ਉਹਨੂੰ ਨਾਲ ਲੈ ਕੇ ਗਲੀ ਦੇ ਵਿੱਚ ਖੜ ਕੇ ਆਵਾਜ਼ ਮਾਰੀ ਜਾਂਦੀ ਤਾਂ ਉੱਥੇ ਲਾਂਭਾ ਦਿੱਤਾ ਜਾਂਦਾ ਤੇ ਉਹਦਾ ਜਿਹੜਾ ਫਾਦਰ ਸਾਹਿਬ ਏ ਉਹ ਇਹ ਗੱਲ ਕਹਿੰਦੇ ਨੇ ਵੀ ਠੀਕ ਹੈ ਆਪਦੇ ਮੁੰਡੇ ਨਾਲ ਕਰ ਲਾਂਗਾ ਗੱਲ, ਕੀਤੀ ਤਾਂ ਉਹਨੇ ਗਲਤੀ ਹੈ। ਇੰਨੇ ਨੂੰ ਉਹਨੇ ਫੋਨ ਲਾ ਲਿਆ ਜੀ ਹਰਭਜਨ ਸਿੰਘ ਦੇ ਪਿਤਾ ਨੇ ਜੀ, ਤੇ ਉਹਨੇ ਜਦੋਂ ਫੋਨ ਲਾ ਕੇ ਉਹਨੂੰ ਕਿਹਾ ਤੇ ਉਹ ਭਾਈ ਕਹਿੰਦੇ ਵੀ ਆ ਜਾਂਦੇ ਅਸੀਂ, ਉਹਨਾਂ ਨੇ ਆਉਂਦਿਆਂ ਸਾਰ ਫੇਰ ਜਾਤੀ ਸੂਚਕ ਸ਼ਬਦ ਬੋਲਣੇ ਸ਼ੁਰੂ ਕਰਤੇ ਤੇ ਜਿਹੜੇ ਉੱਥੇ ਲਾਂਭਾ ਦੇਣ ਗਿਆ ਸੀ ਗਲੀ ਦੇ ਵਿੱਚ ਕੁੱਟਮਾਰ ਕੀਤੀ ਹੈ ਜੀ। ਉਸ ਤੋਂ ਬਾਅਦ ਇਸ ਸਬੰਧ ਦੇ ਵਿੱਚ ਐਪਲੀਕੇਸ਼ਨ ਦਿੱਤੀ, ਜੋ ਸੱਚਾਈ ਸੀ ਆਪਦੀ ਐਪਲੀਕੇਸ਼ਨ ਦੇ ਵਿੱਚ ਅਸੀਂ ਦਰਜ ਕੀਤੀ ਤਾਂ ਸਾਡੀ ਜਿਹੜੀ ਐਪਲੀਕੇਸ਼ਨ ਇੱਥੇ ਆਈ ਹੈ ਚਾਰ ਮਤਲਬ ਦੂਜੇ ਦਿਨ ਤਾਂ ਉਹਦੀ ਕੋਈ ਵੀ ਕਾਰਵਾਈ ਧਿਆਨ 'ਚ ਨਹੀਂ ਲੈਂਦੀ ਤੇ ਅਸੀਂ ਸਮਝਦੇ ਹਾਂ ਕਿ ਸਾਡੀ ਜਿਹੜੀ ਐਪਲੀਕੇਸ਼ਨ 'ਤੇ SHO ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕੱਲ੍ਹ ਇਹ ਪੜਤਾਲ ਕਰਕੇ ਵੀ ਆਏ ਨੇ ਜਿੱਥੇ ਲੜਾਈ ਹੋਈ ਹੈ, ਤਾਂ ਉੱਥੇ ਮਾਰਕੀਟ ਦੇ ਵਿੱਚ ਵੀ ਲੋਕਾਂ ਨੇ ਇਹੀ ਕਿਹਾ ਵੀ ਮਲਕੀਤ ਸਿੰਘ ਦਾ ਕੋਈ ਗੁਨਾਹ ਨਹੀਂ ਤੇ ਦੂਸਰਾ ਜਿਹੜਾ ਹੈਗਾ ਹਰਭਜਨ ਸਿੰਘ ਉਹਨੇ ਹੀ ਖਿੱਚ ਕੇ ਥੱਪੜ ਮਾਰਿਆ, ਅਸੀਂ ਤਾਂ ਸਗੋਂ ਹਰਭਜਨ ਤੋਂ ਪੁੱਛਦੇ ਰਹੇ ਹਾਂ ਵੀ ਕਿਉਂ ਯਾਰ ਇਹਦਾ ਕਸੂਰ ਕੀ ਹੈ। ਤਾਂ ਇਸ ਤਰ੍ਹਾਂ ਮਜ਼ਦੂਰਾਂ ਨੂੰ ਦਬਾਇਆ ਜਾ ਰਿਹਾ ਤੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ। ਸਿਜਨ ਦਾ ਟਾਈਮ ਹੈ ਜੀ ਤੇ ਸਿਜਨ ਦੇ ਟਾਈਮ ਦੇ ਵਿੱਚ ਮਜ਼ਦੂਰਾਂ ਦਾ ਜਿਹੜਾ ਸਿਜਨ ਹੈ ਉਹ ਖਰਾਬ ਕੀਤਾ ਇਹਨਾਂ ਨੇ। ਤੇ ਦੂਸਰੀ ਗੱਲ ਹੈ ਕਿ FIR ਦਰਜ ਕਰਾ ਕੇ ਉਹਨਾਂ ਤੇ ਦਬਾਅ ਪਵਾਇਆ ਜਾ ਰਿਹਾ ਜਿਹਨੂੰ ਕਿ ਜਥੇਬੰਦੀਆਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਊਗਾ। ਮੈਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਆਗੂ ਹਾਂ ਤੇ ਅਸੀਂ ਹੁਣ ਇੰਸਪੈਕਟਰ ਸਾਹਿਬ ਨਾਲ ਗੱਲ ਕਰਕੇ ਆਏ ਹਾਂ। ਸਾਨੂੰ ਮਤਲਬ ਕੋਈ ਭਰੋਸਾ ਨਹੀਂ ਬੱਝਾ ਕਿ ਇਹ ਜਿਹੜੀ FIR ਬਿਲਕੁਲ ਝੂਠੀ ਹੈ, ਝੂਠਾ ਉਹਨਾਂ ਨੇ ਬਣਾਇਆ। ਕਹਿੰਦੇ ਚਾਰ ਬੰਦੇ ਉੱਥੇ ਪਹੁੰਚੇ ਨੇ ਅੱਡੇ ਤੇ, ਉਹ ਸਾਨੂੰ ਮੁੱਛਾਂ ਮਰੋੜਦੇ ਸੀ। ਪੂਰੀ ਕਹਾਣੀ ਜਿਹੜੀ ਬਣਾਈ ਗਈ ਹੈ ਉਹ ਬਿਲਕੁਲ ਝੂਠੀ ਬਣਾਈ ਗਈ ਹੈ।
सच्चाई तो गोहां दूर है। साडे बंदे बिलकुल सच्चे ने ते जेड़ी गल साडे बंदियां च माड़ी मोटी होवे भी असी मन्नन तो हिचकचाट नहीं करदे। हां साडे बंदे लांबा लैके गए ने घरे, कोई माड़ी नीयत नाल नहीं गया, कोई गल पैण नहीं गया। इन्हां ने चक के 452-23-24 148-149 दे तहत परचा दर्ज कर लिया। ते जे इन्हां आउण वाले समें दे विच मजदूरां दे घर दे विच छापेमारी कीती तां जथेबंदी बर्दाश्त नहीं करूगी ते थोड़े दिनां तक असीं इस ते तिखा प्रतिक्रम है जिहड़ा उह करांगे। ते उह डाक्टर सुखबीर सिंह ते जिहड़ा बूटा सिंह है उह भी इस गल नूं ध्यान च कर लैण तां असीं आउण वाले समें दे विच जिहड़ा प्रोग्राम है उह प्रशासन दे रवैये करके ते आम आदमी पार्टी दे जिहड़े लीडर घवाउंदे ने आपदे आप नूं उह जो पिंड च करवा रहे ने उहनां दे खिलाफ जिहड़ा प्रोटेस्ट है कीता जाऊगा।